ਅਸੀਂ ਦੇਖਿਆ ਵੀ ਯਾਰ ਐਡਾ ਦੁਨੀਆ ਭਰ ਨੂੰ ਹਸਾਉਣ ਵਾਲਾ ਬੰਦਾ ਕਿਵੇਂ ਰੋ ਰਿਹਾ। ਅਤੇ ਮੇਹਰ ਮਿੱਤਲ ਜੀ ਦੀ ਚੁਆਇਸ ਇਹ ਸੀ ਵੀ ਮੈਂ ਸਿੰਗਰ ਦੀ ਬਜਾਏ ਕਲਾਕਾਰ ਦੀ ਬਜਾਏ ਵੀ ਯਾਰ ਤੂੰ ਮੇਰੇ ਨਾਲ ਕਮਰਾ ਸਾਂਝਾ ਕਰ ਲਾ। ਜਿੱਥੇ ਕਿਤੇ ਕੋਈ ਉਈ ਲੰਡੂ ਜਿਹਾ ਕੁੱਤਾ ਦੇਖਦੇ ਆ, ਵਾਰਾ ਕੁੱਤਾ ਜਿਹਾ, ਉਹਨੂੰ ਦੁੱਧ ਪਿਆਉਣ ਲੱਗ ਜਾਂਦੇ ਆ। ਮੈਂ ਕਿਹਾ ਮਿੱਤਲ ਸਾਹਿਬ ਇਹਦਾ ਕੀ ਮਤਲਬ ਹੈ? ਕਹਿੰਦੇ ਮੈਨੂੰ ਕਿਤੇ ਸਿਆਣੇ ਨੇ ਦੱਸਿਆ ਹੋਇਆ ਤੈਨੂੰ ਜਿਹੜਾ ਰੱਬ ਮਿਲਣਾ ਨਾ ਉਹ ਕੁੱਤੇ 'ਚੋਂ ਮਿਲਣਾ। ਮੈਂ ਉਹ ਹੰਸਰਾਜ ਦੇ ਕਮਰੇ ਉਹਨਾਂ 'ਚ ਦਾਣੇ ਹੋਣਾ ਕੋਲੇ ਟੁੱਥਪੇਸਟ ਲੈਣ 'ਚ ਲੈ ਕੇ ਭੱਜ ਕੇ ਲਿਆਈ ਹੋਣੀ। ਸਵੇਰੇ ਸਵੇਰੇ ਦਾ ਟਾਈਮ ਸੀ। ਉੱਧਰ ਨੂੰ ਮੇਰੇ ਕਮਰੇ 'ਚ ਰਣਜੀਤ ਬਣੀ ਆ ਗਿਆ। ਉਹਨੂੰ ਨਾ ਕੱਪੜੇ ਪ੍ਰੈਸ ਕਰਨ ਵਾਲੀ ਇੱਕ ਛੋਟੀ ਜਿਹੀ ਪ੍ਰੈਸ ਅਸੀਂ ਰੱਖੀ ਹੋਈ ਸੀ। ਉਹ ਕਹਿੰਦਾ ਮਿੱਤਲ ਸਾਹਿਬ ਸਾਨੂੰ ਨਹੀਂ ਦੱਸਦਾ ਕਿੱਥੇ ਆ। ਹੁਣ ਮਿੱਤਲ ਸਾਹਿਬ ਦੀ ਤਾਂ ਭੰਗ ਹੋ ਗਈ। ਉੱਧਰ ਮਿੱਤਲ ਸਾਹਿਬ ਆਏ ਤੇ ਮੇਰੇ 'ਤੇ ਭੱਖ ਕੇ, ਯਾਰ ਕੀ ਆ ਤੂੰ 5 ਮਿੰਟ ਨਹੀਂ ਬਤਾ ਸਕਦਾ? ਉਹ ਕਹੇ ਵੀ ਮਾਨ ਮਰਾੜਾ ਵਾਲਾ ਦੇਖਣਾ, ਮਾਨ ਮਰਾੜਾ ਵਾਲਾ ਸੁਣਨਾ। ਕਰਦਿਆਂ ਕਰਾਉਂਦੇ ਸਾਂਝੇ ਬੰਦਿਆਂ ਨੇ ਉਹਨੂੰ ਮਿਲਾ ਤਾ ਬਾਬੂ ਸਿੰਘ ਮਾਨ ਨੂੰ, ਮਾਨ ਮਰਾੜਾ ਵਾਲੇ ਨੂੰ। ਅਤੇ ਹੁਣ ਬਾਬੂ ਸਿੰਘ ਮਾਨ, ਮਾਨ ਸਾਹਿਬ, ਮਾਨ ਸਾਹਿਬ, ਮਾਨ ਮਰਾੜਾ ਵਾਲਾ। ਅਤੇ ਜਦੋਂ ਐਨ ਵਿਛੜਨ ਦਾ ਸਮਾਂ ਆਇਆ ਜਿਵੇਂ ਆ ਮਿੱਤਲ ਹੋਣਾ ਵਾਲੀ ਦੱਸੀ ਆ, ਅਤੇ ਇਹਨਾਂ ਦੇ ਗਲ ਲਾ ਕੇ ਕਹਿੰਦਾ ਵੀ ਜਿਉਂਦਾ ਵੱਸਦਾ ਰਹਿ ਹੋਏ ਜੰਡੂ ਲਿਤਰਾਂ ਵਾਲਿਆ। ਉਹ ਵਿੱਚ ਗਰਮੀ 'ਚ ਬਹੁਤ ਸੀ, ਮੂਡ ਬਣ ਗਿਆ। ਕਹਿੰਦੇ ਯਾਰ ਥੋੜ੍ਹੀ ਬਹੁਤ ਬੀਅਰ ਲਾ ਲਈਏ। ਉਹ ਦਵਾ ਤਾਂ ਬੀਅਰਾਂ ਜਿਹੀਆਂ ਮੰਗਾਈਆਂ ਗਈਆਂ ਪਾਤਰ ਨੇ, ਪੂਰੀ ਬੀਅਰ ਪੀ ਲਈ ਜਦੋਂ ਬੋਤਲ 'ਤੇ ਦੂਜੀ ਖੋਲ੍ਹੀ। ਪਾਤਰ ਨੇ ਕੈਸਟਾਂ ਲਾਹੌਰ ਬੁੱਕ ਸ਼ਾਪ ਵਾਲੇ ਨੂੰ ਦੇਤੀਆਂ। ਉੱਥੇ ਜਿਹੜਾ ਕਮਾਲ ਦਾ ਕੰਮ ਹੋਇਆ, ਹੁਣ ਜਿਹੜਾ ਪਾਤਰ ਦਾ ਗਾਹਕ ਆਉਂਦਾ ਸੀ, ਪਾਤਰ ਦੀ ਕਿਤਾਬ ਵਿਕਦੀ ਸੀ, ਉਹਨਾਂ ਨੇ ਪਾਤਰ ਦੀ ਕਿਤਾਬ ਛਾਪੀ ਹੋਈ ਸੀ। ਪਾਤਰ ਦੀ ਕਿਤਾਬ ਦੀ ਕੀਮਤ ਸੀ 40 ਰੁਪਈਏ, ਪਾਤਰ ਦੀ ਕੈਸਟ ਦੀ ਕੀਮਤ ਸੀ 20 ਰੁਪਈਏ। ਦੇਖੋ ਜੀ, ਅੱਜ ਦੀ ਤਰੀਕ 'ਚ ਜੇ ਕਹੀਏ ਪੰਜਾਬੀ ਪੋਇਟਰੀ ਵਿੱਚ, ਨੰਬਰ 1 ਸੁਰਜੀਤ ਪਾਤਰ, ਨੰਬਰ 2 ਸੁਰਜੀਤ ਪਾਤਰ, ਨੰਬਰ 3 ਸੁਰਜੀਤ ਪਾਤਰ, ਇਦੋਂ ਬਾਅਦ ਬਾਕੀ ਦੇ ਸ਼ੁਰੂ ਹੁੰਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੱਤ, ਤੁਸੀਂ ਵੇਖ ਰਹੇ ਹੋ ਚੈਨਲ ਸੱਤ ਰੰਗ ਅਤੇ ਚੈਨਲ ਸੱਤ ਰੰਗ ਅਤੇ ਸੱਤ ਰੰਗ ਪੋਡਕਾਸਟ ਸੀਰੀਜ਼ ਬਾਪੂ ਦੇ ਕਿੱਸੇ ਤੁਸੀਂ ਸਾਰੇ ਵੇਖ ਰਹੇ ਹੋ ਅਤੇ ਤੀਸਰੇ ਐਪੀਸੋਡ ਦੇ ਵਿੱਚ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ। ਅਤੇ ਮੇਰੇ ਨਾਲ ਲੈਜੈਂਡਰੀ ਪੰਜਾਬੀ ਗੀਤਕਾਰ ਸ਼ਮਸ਼ੇਰ ਸੰਧੂ ਸਾਹਿਬ ਮੌਜੂਦ ਨੇ ਸਟੂਡੀਓ ਦੇ ਵਿੱਚ। ਉਹਨਾਂ ਨਾਲ ਗੱਲਾਂ ਪਤਾ ਚੱਲ ਰਹੀਆਂ ਨੇ। ਪਹਿਲੇ 2 ਐਪੀਸੋਡਸ ਹੋਏ, ਬਹੁਤ ਜ਼ਿਆਦਾ ਭਰਮਾ ਹੁੰਗਾਰਾ ਮਿਲਿਆ ਤੁਹਾਡੇ ਵੱਲੋਂ, ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਇੱਕ ਵਾਰ ਫਿਰ ਅੱਗੇ ਵਧਾਉਂਦੇ ਹਾਂ ਅਤੇ ਮੇਹਰ ਮਿੱਤਲ ਸਾਹਿਬ ਤੋਂ ਗੱਲਬਾਤ ਸ਼ੁਰੂ ਕਰਨ ਲੱਗੇ ਹਾਂ। ਸੋ ਆਓ ਗੱਲਬਾਤ ਸ਼ੁਰੂ ਕਰਦੇ ਹਾਂ। ਜਿਵੇਂ ਮੇਹਰ ਮਿੱਤਲ ਸਾਹਿਬ ਹੈ ਨਾ, ਰੂਮ ਬਹੁਤ ਵਧੀਆ, ਇੱਕ ਐਕਟਰ ਬਹੁਤ ਵਧੀਆ, ਐਜ਼ ਅ ਕੋਮੇਡੀਅਨ ਵੀ ਉਹਨਾਂ ਨੇ ਹੈ ਨਾ ਬਹੁਤ ਨਾਮ ਕਮਾਇਆ। ਸੋ ਉਹਨਾਂ ਨਾਲ ਤੁਸੀਂ ਬਹੁਤ ਟਾਈਮ ਬਿਤਾਇਆ ਹੋਇਆ, ਉਹਨਾਂ ਨੇ ਬਹੁਤ ਲੰਬੇ ਪਲ ਜਿਹੜੇ ਹੈਗੇ ਆ, ਬੜੇ ਵਧੀਆ ਵਧੀਆ ਪਲ ਤੁਹਾਡੇ ਨਾਲ ਉਹਨਾਂ ਨੇ ਬਿਤਾਏ ਹੋਏ ਨੇ। ਸੋ ਉਹ ਕੁਝ ਸਾਂਝੇ ਕਰੋ ਹੈ ਨਾ, ਕਿਉਂਕਿ ਆਪਾਂ ਇਹ ਸਾਰੇ ਜਿਹੜੇ ਲੈਜੈਂਡਸ ਹੈਗੇ ਆ, ਇਹਨਾਂ ਨੂੰ ਇੱਕ ਸ਼ਰਧਾਂਜਲੀ ਵਜੋਂ ਵੀ, ਤਾਂ ਕਿ ਜਿਹੜੇ ਇਹਨਾਂ ਦੀ ਲੀਗੇਸੀ ਉਸੇ ਤਰੀਕੇ ਦੇ ਨਾਲ ਇਹਨਾਂ ਨੂੰ ਜਿਉਂਦਾ ਰੱਖਿਆ ਜਾ ਸਕੇ ਇੰਡਸਟਰੀ ਦੇ ਵਿੱਚ ਅਤੇ ਲੋਕਾਂ ਦੇ ਵਿੱਚ। ਇੱਥੇ 20 ਸੈਕਟਰ 'ਚ ਇਹਨਾਂ ਦਾ ਹੁੰਦਾ ਸੀ, ਮਾਰਕੀਟ ਦੇ ਸਾਹਮਣੇ ਇਹਨਾਂ ਦਾ ਘਰ ਹੁੰਦਾ ਸੀਗਾ। ਸਾਨੂੰ ਪਹਿਲਾਂ ਪਹਿਲ ਜਿਹੜਾ ਮਨਾਇਆ ਵਿਜੇ ਟੰਡਨ ਜੀ ਨੇ, ਮੇਰੇ ਮਿੱਤਲ ਨੇ ਸਾਡੀ ਮੁਲਾਕਾਤ ਕਰਾਈ। ਇਹਨਾਂ ਦੀ ਬੇਟੀ ਦਾ ਵਿਆਹ ਸੀਗਾ ਅਤੇ ਅਸੀਂ ਦੇਖਿਆ ਉਸ ਬੇਟੀ ਦੇ ਵਿਆਹ ਅਤੇ ਹੋਰ ਗੱਲਾਂ ਨੋਟ ਕੀਤੀਆਂ ਵੀ ਇਹਨਾਂ ਦੀ ਇੰਨੀ ਭਾਵੁਕਤਾ ਸੀ, ਇੰਨੀ ਜਜ਼ਬਾਤੀ ਸੀ ਆਪਦੀ ਧੀ ਪ੍ਰਤੀ। ਜਦੋਂ ਡੋਲੀ ਤੋਰਨੀ ਸੀ, ਡੋਲੀ ਤੋਰਨ ਵਾਸਤੇ ਬਾਪ ਦਾ ਹੌਸਲਾ ਨਹੀਂ ਸੀ, ਕਹਿੰਦਾ ਅੰਦਰ ਬੈਠੇ ਰੋਈ ਜਾਂਦੇ ਸੀ। ਡੋਲੀ ਹੋਰ ਰਿਸ਼ਤੇਦਾਰਾਂ ਨੇ ਤੋਰੀ, ਟੰਡਨ ਸਾਹਿਬ ਉਹਨਾਂ ਨੇ ਤੋਰੀ। ਅਸੀਂ ਦੇਖਿਆ ਵੀ ਯਾਰ ਐਡਾ ਦੁਨੀਆ ਭਰ ਨੂੰ ਹਸਾਉਣ ਵਾਲਾ ਬੰਦਾ ਕਿਵੇਂ ਰੋ ਰਿਹਾ ਅਤੇ ਹੌਸਲਾ ਨਹੀਂ ਲੈ ਰਿਹਾ। ਉਸ ਤੋਂ ਬਾਅਦ ਸਾਡੀ ਹੋਰ ਨੇੜਤਾ ਵੱਧਦੀ ਗਈ ਸਮੇਂ ਸਮੇਂ। ਸਾਨੂੰ ਜਿਹੜਾ ਬਾਹਰਲਾ ਫੋਰਨ ਟੂਰ ਮਿਲਿਆ ਨਾ, ਉਹਦੇ 'ਚ ਬਹੁਤ ਵੱਡੀ ਟੀਮ ਸੀ। ਹੰਸਰਾਜ, ਸੁਰਿੰਦਰ ਚਿੰਦਾ, ਮਨਮੋਹਨ ਵਾਰਸ, ਦੇਬੀ ਮਖਸੂਸਪੁਰੀ, ਆਸ਼ਾ ਸ਼ਰਮਾ ਹੁਣੀ, ਬਿੰਦ ਰੱਖੀਆ। ਅਤੇ ਉਹਦੇ ਵਿੱਚ ਕੀ ਹੋਇਆ ਕਿ 8 ਪ੍ਰੋਗਰਾਮ ਕੈਨੇਡਾ ਦੇ, 8 ਅਮਰੀਕਾ ਦੇ ਅਤੇ 4 ਇੰਗਲੈਂਡ ਦੇ ਸੀ। 2 ਮਹੀਨੇ ਦਾ ਟੂਰ ਸੀ ਉਸ ਟੂਰ ਦੇ ਵਿੱਚ। ਹੁਣ ਜਿਹੜੇ ਹੋਟਲ ਦੇ ਵਿੱਚ ਜਦੋਂ ਕਮਰਿਆਂ ਦੇ ਵਿੱਚ ਰਹਿਣਾ, ਅਤੇ ਮੇਹਰ ਮਿੱਤਲ ਜੀ ਦੀ ਚੁਆਇਸ ਇਹ ਸੀ ਵੀ ਮੈਂ ਸਿੰਗਰ ਦੀ ਬਜਾਏ ਕਲਾਕਾਰ ਦੀ ਬਜਾਏ ਵੀ ਯਾਰ ਤੂੰ ਮੇਰੇ ਨਾਲ ਕਮਰਾ ਸਾਂਝਾ ਕਰ ਲਾ, ਉਹ ਮੈਨੂੰ ਚੁਆਇਸ ਰਹੇ। ਅਤੇ ਹੁਣ ਤੁਸੀਂ ਦੇਖੋ 2 ਮਹੀਨੇ ਸਾਰਾ ਦਿਨ ਇਕੱਠੇ, ਸਾਰੀ ਰਾਤ ਨੂੰ ਇਕੱਠੇ, ਉਹ 'ਚ ਫਿਰ ਸੁਭਾਅ ਦੀਆਂ ਸਾਰੀਆਂ ਸ਼ੇਡਸ ਦਾ ਪਤਾ ਲੱਗ ਜਾਂਦਾ। ਉਦੋਂ ਪਤਾ ਲੱਗਿਆ ਵੀ ਮਿੱਤਲ ਸਾਹਿਬ ਲਾਲ ਰੰਗ ਤੋਂ ਪਰਹੇਜ਼ ਕਰਦੇ ਆ। ਅਤੇ ਮੈਂ ਕਿਹਾ ਜੀ ਕਿਉਂ? ਇਹ ਕਹਿੰਦੇ ਕਿ ਇੱਕ ਸਿਆਣੇ ਪੰਡਿਤ ਨੇ ਦੱਸਿਆ ਹੋਇਆ, ਜਿੱਥੇ ਕਿਤੇ ਕੋਈ ਉਈ ਲੰਡੂ ਜਿਹਾ ਕੁੱਤਾ ਦੇਖਦੇ ਆ, ਵਾਰਾ ਕੁੱਤਾ ਜਿਹਾ, ਉਹਨੂੰ ਦੁੱਧ ਪਿਆਉਣ ਲੱਗ ਜਾਂਦੇ ਆ। ਮੈਂ ਕਿਹਾ ਮਿੱਤਲ ਸਾਹਿਬ ਇਹਦਾ ਕੀ ਮਤਲਬ ਹੈ? ਕਹਿੰਦੇ ਮੈਨੂੰ ਕਿਸੇ ਸਿਆਣੇ ਨੇ ਦੱਸਿਆ ਹੋਇਆ ਤੈਨੂੰ ਜਿਹੜਾ ਰੱਬ ਮਿਲਣਾ ਨਾ ਉਹ ਕੁੱਤੇ 'ਚੋਂ ਮਿਲਣਾ। ਅਤੇ ਉਹਨਾਂ ਦੀ ਨਾ ਕਈ ਵਾਰ ਗੱਲਾਂ 'ਚ ਇਨੋਸੈਂਸ ਜਿਹੀ ਵੀ ਲੱਗਦੀ ਹੁੰਦੀ ਸੀ। ਅਤੇ ਇੱਕ ਹੋਰ ਘਟਨਾ ਹੁੰਦੀ ਸੀ, ਉਹਨਾਂ ਨੇ ਸਵੇਰੇ ਨਹਾ ਧੋ ਕੇ ਕਮਰੇ ਦੇ ਵਿੱਚੋਂ, ਕਮਰਾ ਸਾਡਾ ਸਾਂਝਾ, ਉਹਨਾਂ ਨੇ ਨਹਾ ਧੋ ਕੇ ਤੌਲੀਆ ਲਪੇਟ ਕੇ, ਅਤੇ ਪਹਿਲਾਂ ਆਪਦੇ ਬੈਗ ਦੇ ਵਿੱਚੋਂ ਇੱਕ ਮੂਰਤੀ ਮਾਤਾ ਦੀ ਰੱਖ ਜਾਂਦੇ ਸੀ, ਫਿਰ ਧੂਪ ਬੱਤੀ ਕਰਕੇ ਅਤੇ ਉਹ ਮੱਥਾ ਟੇਕ ਕੇ ਕੁਛ ਸ਼ਬਦ ਦਾ ਪਾਠ ਉਚਾਰਨ ਕਰਕੇ ਅਤੇ ਫਿਰ ਉਹ ਤਿਆਰ ਹੁੰਦੇ ਸੀ। ਉਹ ਹਰ ਰੋਜ਼ ਮੈਂ ਪਹਿਰਾ ਦੇਣਾ ਹੁੰਦਾ ਸੀ ਵੀ ਕੋਈ ਡਿਸਟਰਬੈਂਸ ਨਾ ਹੋ ਜਾਵੇ, ਵਿਘਨ ਨਾ ਹੋ ਜਾਵੇ। ਉਹ ਇੱਕ ਵਾਰ ਲੰਡਨ ਦੇ ਪ੍ਰੋਗਰਾਮ 'ਚ ਇੱਦਾਂ ਹੋ ਗਿਆ, ਲੰਡਨ ਦੇ ਹੋਟਲ ਦੇ ਵਿੱਚ, ਅਤੇ ਉਹ ਸਵੇਰੇ ਸਵੇਰੇ ਉਹ ਉਸੇ ਤਰ੍ਹਾਂ ਆਪਦਾ ਨਹਾਉਣ ਚਲੇ ਗਏ।
ਤੇ ਨਹਾ ਕੇ ਆ ਕੇ ਉਹਨਾਂ ਨੇ ਆਪਦੀ ਪੂਜਾ ਕਰਨੀ ਸੀ ਅਤੇ ਉਹ ਕੀ ਹੋਇਆ ਮੈਨੂੰ ਆਪਦੀ ਟੁੱਥਪੇਸਟ ਨਾ ਲੱਭੇ ਮੈਂ ਉਹ ਹੰਸਰਾਜ ਦੇ ਕਮਰੇ ਉਹਨਾਂ 'ਚ ਦਾਣੇ ਉਹਨਾਂ ਕੋਲ ਟੁੱਥਪੇਸਟ ਲੈਣ 'ਚ ਲੈ ਕੇ ਭੱਜ ਕੇ ਲਈ ਆਉਣੀ ਸਵੇਰੇ ਸਵੇਰੇ ਦਾ ਟਾਈਮ ਸੀ ਉੱਧਰ ਨੂੰ ਮੇਰੇ ਕਮਰੇ 'ਚ ਰਣਜੀਤ ਮਣੀ ਆ ਗਿਆ ਉਹਨੂੰ ਨਾ ਕੱਪੜੇ ਪ੍ਰੈੱਸ ਕਰਨ ਵਾਲੀ ਇੱਕ ਛੋਟੀ ਜਿਹੀ ਪ੍ਰੈੱਸ ਅਸੀਂ ਰੱਖੀ ਹੋਈ ਸੀ ਉਹ ਦਵਾ ਦਵਾ ਆਪ ਹੀ ਕਰ ਲੈਂਦੇ ਹੁੰਦੇ ਸੀ ਫਿਰ ਅਤੇ ਉਹ ਮੈਨੂੰ ਪ੍ਰੈੱਸ ਉਹ ਅੰਦਰ ਆ ਕੇ ਜਾਵੇ ਸੰਧੂ ਸੰਧੂ ਕਿੱਥੇ ਆ ਕਿੱਥੇ ਆ ਉੱਧਰ ਮਿੱਤਲ ਸਾਹਿਬ ਨਹਾ ਕੇ ਤੇ ਆਪਦੀ ਕੁਰਸੀ 'ਤੇ ਬੈਠ ਗਏ ਉਹ ਕਹਿੰਦਾ ਮਿੱਤਲ ਸਾਹਿਬ ਸੰਧੂ ਨਹੀਂ ਦਿਸਦਾ ਕਿੱਥੇ ਆ ਹੁਣ ਮਿੱਤਲ ਸਾਹਿਬ ਦੀ ਤਾਂ ਭੰਗ ਹੋ ਗਈ ਉੱਧਰ ਪੂਜਾ ਭੰਗ ਹੋ ਗਈ ਉਹ ਜਦ ਨੂੰ ਮੈਂ ਆਇਆ ਰਣਜੀਤ ਮਣੀ ਵੀ ਵਾਪਸ ਜਾ ਚੁੱਕਿਆ ਸੀ ਮਿੱਤਲ ਸਾਹਿਬ ਆਏ ਅਤੇ ਮੇਰੇ 'ਤੇ ਪੱਖ ਗਏ ਉਹ ਯਾਰ ਕੀ ਆ ਤੂੰ 5 ਮਿੰਟ ਨਹੀਂ ਵਧਾ ਸਕਦਾ 5 ਮਿੰਟ 10 ਮਿੰਟ ਨਹੀਂ ਤੂੰ ਦੇ ਸਕਦਾ ਤੈਨੂੰ ਕੀ ਹੋ ਗਿਆ ਮੈਂ ਕਿਹਾ ਕੀ ਹੋ ਗਿਆ ਆ ਕਿਹੜਾ ਰਣਜੀਤ ਮਣੀ ਜਿਹਾ ਇੱਥੇ ਆ ਕੇ ਹੋਕਰੇ 'ਚ ਦੇਈ ਜਾਂਦਾ ਸੀਗਾ ਅਤੇ ਆ ਦੇਖਣਾ ਅੱਛਾ ਉਹਦੇ 'ਚ ਇੱਕ ਹੋਰ ਹੋਇਆ ਜਦੋਂ ਮਣੀ ਵਾਜਾ ਜੀ ਮਾਰਦਾ ਰਿਹਾ ਮਿੱਤਲ ਸਾਹਿਬ ਘਬਰਾਹਟ ਦੇ ਵਿੱਚ ਉੱਠ ਕੇ ਬਾਥਰੂਮ 'ਚ ਲੈ ਗਏ ਜਦੋਂ ਬਾਥਰੂਮ ਗਏ ਤਾਂ ਤੌਲੀਆ ਉੱਥੇ ਰਹਿ ਗਿਆ ਭੱਜ ਕੇ ਜਾ ਕੇ ਉਹਨਾਂ ਨੇ ਦਰਵਾਜ਼ਾ ਲਾ ਲਿਆ ਜਦੋਂ ਆਏ ਤਾਂ ਦੁਬਾਰਾ ਫਿਰ ਉਹ ਤੁਰੇ ਅਤੇ ਮੈਨੂੰ ਕਹਿੰਦੇ ਵੀ ਦੇਖ ਹੁਣ ਮੈਨੂੰ ਦੁਬਾਰਾ ਨਹਾਉਣਾ ਪੈਣਾ ਦੁਬਾਰਾ ਨਹਾ ਕੇ ਸੁੱਚਾ ਹੋ ਕੇ ਹੁਣ ਮੈਂ ਫਿਰ ਪੂਜਾ ਕਰਨੀ ਮੈਂ ਕਿਹਾ ਲਓ ਮਿੱਤਲ ਸਾਹਿਬ ਹੁਣ ਕੋਈ ਨਹੀਂ ਫਿਰ ਬਾਕੀ ਦੇ ਦੇਣਾ ਨਾ ਜਿਹੜਾ ਮੈਂ ਇੱਕ ਲੱਤ ਦੇ ਭਾਰ ਦਰਵਾਜ਼ੇ ਦੇ ਬਾਹਰ ਖੜ ਜਿਆ ਕਰਨਾ ਹੁਣ ਨਾ ਕੋਈ ਵੜ ਗਿਆ ਅੰਦਰ ਅੱਜ ਤਾਂ ਜਿਹੜੀ ਗਲਤੀ ਹੋ ਗਈ ਮਾਫੀ ਦੇ ਦੇ ਇਦਾਂ ਦੀਆਂ ਬਹੁਤ ਘਟਨਾਵਾਂ ਬੜੀਆਂ ਸਾਰੀਆਂ ਮਿੱਤਲ ਸਾਹਿਬ ਨਾਲ ਇਦਾਂ ਦਾ ਪਲ ਜਿਹੜਾ ਮਤਲਬ ਕਿ ਜਿਵੇਂ ਹੁਣ ਪਹਿਲੇ ਜ਼ਮਾਨੇ ਦੇ ਵਿੱਚ ਜੇ ਆਪਾਂ ਕਹਿ ਲਈਏ ਬੜਾ ਇੱਕ ਨਵਾਂ ਜਿਹਾ ਤਜਰਬਾ ਹੁੰਦਾ ਸੀਗਾ ਜਦੋਂ ਤੁਸੀਂ ਬਾਹਰ ਜਾਣਾ ਹੈ ਨਾ ਅਤੇ ਸ਼ਹਿਰ ਤੋਂ ਬਾਹਰ ਵੀ ਜਦੋਂ ਆਪਾਂ ਦੇਸ਼ ਹੀ ਮਤਲਬ ਕਿ ਦੂਜੇ ਵਿਦੇਸ਼ ਚਲੇ ਜਾਣਾ ਅਤੇ ਉੱਥੇ ਬਹੁਤ ਨਵੇਂ ਤਜਰਬੇ ਹੁੰਦੇ ਆ ਬੜੀ ਨਵੀਂ ਦੁਨੀਆ ਦਿਖਾਈ ਦਿੰਦੀ ਹੈ ਹੈ ਨਾ ਕਿਉਂਕਿ ਹੈ ਤਾਂ ਸਾਰੇ ਜਿੰਨੇ ਵੀ ਆਰਟਿਸਟ ਆਪਣੇ ਹੈਗੇ ਆ ਅੱਜ ਦੇ ਵੀ ਜਾਂ ਪਹਿਲਿਆਂ ਦੀ ਵੀ ਗੱਲ ਕਰ ਲਈਏ ਪਿੰਡਾਂ 'ਚੋਂ ਬਿਲੋਂਗ ਕਰਦੇ ਹਾਂ ਸੋ ਉਹਨਾਂ ਲਈ ਬੜੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀਗੀਆਂ ਹੈ ਨਾ ਜੇ ਉਹ ਭਾਵੇਂ ਚੰਡੀਗੜ੍ਹ ਵੀ ਆਉਂਦੇ ਸੀ ਤਾਂ ਵੀ ਚੰਡੀਗੜ੍ਹ ਵੀ ਉਹਨਾਂ ਨੂੰ ਐਂ ਲੱਗਦਾ ਪਿੰਡਾਂ ਵਾਲਿਆਂ ਨੂੰ ਅੱਜ ਵੀ ਬਿਲਕੁਲ ਬਹੁਤ ਸਾਰੇ ਐਸੇ ਹੈਗੇ ਜਿਹੜੇ ਨਹੀਂ ਆਉਂਦੇ ਹੈਗੇ ਸ਼ਹਿਰਾਂ ਦੇ ਵਿੱਚ ਕਿ ਨਵੀਂ ਚੀਜ਼ ਦੇਖ ਲਈ ਸੋ ਬਾਹਰ ਕੋਈ ਫਲਾਈਟ ਦੇ ਵਿੱਚ ਕੋਈ ਐਸੇ ਕਿੱਸੇ ਹੈਗੇ ਕਿਸੇ ਦੇ ਨਾਲ ਜਿਹੜੇ ਸ਼ੇਅਰ ਕਰਨੇ ਚਾਹੁੰਦੇ ਹੋ ਹਾਂ ਇੱਕ ਕਿੱਸੇ ਦੇ ਵਿੱਚ ਤਾਂ ਇਹ ਹੋਇਆ ਬਈ ਅਸੀਂ ਸ਼ਾਇਦ ਵੈਨਕੂਵਰ ਤੋਂ ਟੋਰਾਂਟੋ ਜਾਂਦੇ ਸੀਗੇ ਅੱਧਾ ਕੁ ਜਹਾਜ਼ ਹੀ ਖਾਲੀ ਸੀ ਮਿੱਤਲ ਸਾਹਿਬ ਨੇ ਉਹ 2-3 ਸੀਟਾਂ ਜਿਹੀਆਂ ਖਾਲੀ ਕਰੀਆਂ ਉਹ ਕਹਿੰਦੇ ਵੀ ਹੁਣ ਮੈਂ ਤਾਂ ਸੌਂ ਕੇ ਜਾਊਂ ਪੈ ਕੇ ਜਾਊਂਗਾ ਬਹਿ ਕੇ ਨਹੀਂ ਜਾਣਾ ਅਤੇ ਮੈਨੂੰ ਕਹਿੰਦੇ ਹੁਣ ਇਉਂ ਕਰ ਇੱਕ ਸੀਟ 'ਤੇ ਤਾਂ ਇਕੱਲੀ ਦੇ ਉੱਤੇ ਪੱਗ ਰੱਖਿਆ ਭਾਵੇਂ ਇੱਕ ਸੀਟ 'ਤੇ ਜੁੱਤੀ ਰੱਖ ਦੇ 2 ਸੀਟਾਂ ਖੋਲ੍ਹ ਕੇ ਮੇਰੇ ਤੂੰ ਵੀ ਪੈ ਜਾ ਇੱਦਾਂ ਦੇ ਬਹੁਤ ਸ਼ੁਗਲ ਚੱਲਦੇ ਰਹਿੰਦੇ ਸੀ ਫਿਰ ਇਸਨੂੰ 'ਚ ਇੱਦਾਂ ਹੋਇਆ ਉੱਥੇ ਇੱਕ ਸਡਾੜੀ ਆ ਉਹਨਾਂ ਦੀ ਕੈਸਟਾਂ ਦੀ ਦੁਕਾਨ ਹੁੰਦੀ ਸੀਗੀ ਹਰਜਾਪ ਉਹਦਾ ਨਾਂ ਸੀ ਅੱਛਾ ਜੀ ਬੜਾ ਪਿਆਰਾ ਬੰਦਾ ਉਹ ਕਹਿੰਦਾ ਤੁਸੀਂ ਘਰੇ ਚੱਲੋ ਮੇਰੇ ਕੋਲ ਹੋਟਲ 'ਚ ਰਹਿਣ ਦੀ ਬਜਾਏ ਸਾਨੂੰ ਘਰੇ ਰਹਿ ਗਿਆ ਮਿੱਤਲ ਸਾਹਿਬ ਦੇ ਉਹਨੇ ਘਰ ਵਾਲਿਆਂ ਤੋਂ ਲਿਆਓ ਜੀ ਕੱਪੜੇ ਧੋਣ ਧੋਣ ਵਾਲੇ ਉਹ ਵੀ ਧੋ ਦੋ ਉਹਨੇ ਬੜੀ ਸੇਵਾ ਕੀਤੀ ਬੜਾ ਘੁਮਾਇਆ ਫਿਰਾਇਆ ਅਤੇ ਹਰ ਰੋਜ਼ ਜਦੋਂ ਘੁੰਮਦੇ ਫਿਰਾਉਂਦੇ ਮਿੱਤਲ ਸਾਹਿਬ ਦੇ ਜੀਵ 'ਤੇ ਹੀ ਰਹੇ ਹਰਜਾਪ ਆ ਬਈ ਜਿਹੜੀ ਤੂੰ ਸੇਵਾ ਕੀਤੀ ਆ ਸੇਵਾ ਤਾਂ ਪਾਣੀ ਦੀ ਬਹੁਤ ਹੁੰਦੀ ਹੈ ਤੂੰ ਇੰਨੀ ਸੇਵਾ ਕੀਤੀ ਯਾਰ ਯਾਦ ਰੱਖਾਂਗੇ ਜ਼ਿੰਦਗੀ ਭਰ ਯਾਦ ਰੱਖੂ ਫਲਾਨਾ ਤਿਮਕਾ ਹਰਜਾਪ ਹਰਜਾਪ ਦਿਨ 'ਚ ਪਤਾ ਨਹੀਂ 30-40 ਵਾਰ ਨਾਂ ਲੈਂਦੇ ਹੁੰਦੇ ਸੀ ਜਿੱਦਣ ਵਿਛੜਨ ਦਾ ਮੌਕਾ ਆਇਆ ਅਤੇ ਕੀ ਹੋਇਆ ਐਂਟੀ ਕਲਾਈਮੈਕਸ ਅਤੇ ਜਦੋਂ ਐਨ ਕਾਰ 'ਚ ਬਹਿਣ ਲੱਗੇ ਅਤੇ ਹਰਜਾਪ ਤੋਂ ਵਿਛੜਨ ਲੱਗੇ ਅਤੇ ਕਹਿੰਦੇ ਲੈ ਵੀ ਆਹ ਫਿਰ ਵਿਹੜਾ ਨਹੀਂ ਭੁੱਲਣਾ ਅਤੇ ਮੇਰੀ ਲੰਮੀ ਉਮਰ ਲੱਗ ਜੇ ਤੈਨੂੰ ਫਲਾਨਾ ਤਿਮਕਾ ਹੋਈ ਤੇਰੀ ਲੰਮੀ ਉਮਰ ਤੂੰ ਤੰਦਰੁਸਤ ਰਹੇ ਜਿਉਂਦਾ ਵੱਸਦਾ ਰਹੇ ਹਰ ਜਸ ਉਹ ਹਰਜਾਪ ਦੀ ਥਾਂ 'ਤੇ 8-9 ਦਿਨ ਹਰਜਸ ਹੋ ਗਿਆ ਉਹਦਾ ਵਿਚਾਰੇ ਦਾ ਮੂੰਹ ਉੱਤਰ ਗਿਆ ਵੀ 8 ਦਿਨ ਮੈਂ ਇਹਨਾਂ ਨੂੰ ਹਰਜਾਪ ਹਰਜਾਪ ਸਾਰਾ ਦਿਨ ਕਰਦੇ ਰਹੇ ਹੁਣ ਮੈਂ ਹੁਣ ਮੇਰਾ ਨਾਂ ਹੀ ਭੁੱਲ ਗਿਆ ਮੈਨੂੰ ਕਹਿੰਦੇ ਹਰਜਸ ਬੜਾ ਔਕਵਰਡ ਜਿਹਾ ਟਾਈਮ ਹੁੰਦਾ ਹੈ ਨਾ ਜੋ ਬੰਦੇ ਨੂੰ ਕਿ ਮੈਂ ਇੰਨੀ ਦੇਰ ਤੋਂ ਨਾਲ ਹੈ ਅਤੇ ਮੇਰਾ ਨਾਮ ਹੀ ਭੁੱਲ ਗਿਆ ਆਪਾਂ ਗੱਲਾਂ ਤਾਂ ਹੋਰ ਕਰਾਂਗੇ ਇਸ ਗੱਲ ਤੋਂ ਮੈਨੂੰ ਇੱਕ ਨਿੱਕੀ ਜਿਹੀ ਹੋਰ ਗੱਲ ਯਾਦ ਆ ਗਈ ਇੰਗਲੈਂਡ ਤੋਂ ਕੋਈ ਆਇਆ ਬੰਬੇ ਹਾਂਜੀ ਸ਼ਰਧਾਲੂ ਬਾਬੂ ਸਿੰਘ ਮਾਨ ਮਰਾੜਾ ਬੜੇ ਦਾ ਅੱਛਾ ਜੀ ਅਤੇ ਉਹ ਗਏ ਵੀ ਮਾਨ ਮਰਾੜਾ ਵਾਲਾ ਦੇਖਣਾ ਮਾਨ ਮਰਾੜਾ ਵਾਲਾ ਸੁਣਨਾ ਕਰਦਿਆਂ ਕਰਾਉਂਦੇ ਸਾਂਝੇ ਬੰਦਿਆਂ ਨੇ ਉਹਨੂੰ ਮਿਲਾ ਤਾ ਬਾਬੂ ਸਿੰਘ ਮਾਨ ਨੂੰ ਮਾਨ ਮਰਾੜਾ ਵਾਲੇ ਨੂੰ ਅਤੇ ਕੀ ਹੋਇਆ ਵੀ ਮਿਲੇ ਜੱਫੀਆਂ ਪਈਆਂ ਬੱਲੇ ਜੇ ਤੁਸੀਂ ਫਲਾਨਾ ਗੀਤ ਲਿਖਿਆ ਸੀ ਆ ਗਿਆ ਵਣਜਾਰਾ ਤੂੰ ਅਸੀਂ ਫਲਾਨਾ ਸਿਫਤਾਂ ਕਰਦਾ ਰਿਹਾ ਉਹ ਕਰਦਿਆਂ ਕਰਾਉਂਦਿਆਂ ਪੀਂਦਿਆਂ ਪਿਆਉਂਦਿਆਂ ਸ਼ਰਾਬੀ ਹੋ ਗਿਆ ਖੁਸ਼ੀ 'ਚ ਜਦੋਂ ਵਿਛੜਨ ਲੱਗੇ ਅਤੇ ਹੁਣ ਬਾਬੂ ਸਿੰਘ ਮਾਨ ਸਾਹਿਬ ਮਾਨ ਮਰਾੜਾ ਵਾਲਾ ਅਤੇ ਜਦੋਂ ਐਨ ਵਿਛੜਨ ਦਾ ਸਮਾਂ ਆਇਆ ਜਿਵੇਂ ਆ ਮਿੱਤਲ ਹੋਣਾ ਵਾਲੀ ਦੱਸੀ ਆ ਅਤੇ ਇਹਨਾਂ ਦੇ ਗਲ ਲਾ ਕੇ ਕਹਿੰਦਾ ਵੀ ਜਿਉਂਦਾ ਵੱਸਦਾ ਰਹਿ ਹੋਏ ਜੰਡੂ ਲਿਤਰਾਂ ਵਾਲਿਆ ਹੁਣ ਅਸਲ 'ਚ ਕੀ ਸੀ ਉਹ ਚੇਤ ਰੂਪ 'ਚ ਉਹਦੇ ਕਿਤੇ
ਇੰਗਲੈਂਡ ਦੇ ਵਿੱਚ ਜੰਡੂ ਲਿੱਤਰਾਂ ਵਾਲਾ ਬਹੁਤ ਵੱਡਾ ਨਾਮ ਹੈ, ਇੱਧਰ ਭਾਵੇਂ ਨਹੀਂ ਹੈ ਰਾਈਟਰ ਜੰਡੂ ਲਿੱਤਰਾਂ ਵਾਲਾ, ਉਹਦੇ ਮੁੱਖ ਸਹੀ ਗੱਲ ਹੈ। ਤੇ ਤੁਹਾਡੇ ਨਾਲ ਕਦੇ ਏਦਾਂ ਹੋਇਆ ਕੋਈ ਸਿੰਗਰ ਆਇਆ ਹੋਵੇ ਮਿਲਣ, ਜਾਂ ਕੋਈ ਮਤਲਬ ਕਿ ਹੋਰ ਆਮ ਇਨਸਾਨ ਹੀ ਮਿਲਣ ਆਇਆ ਹੋਵੇ, ਕਿਉਂਕਿ ਕਰੇਜ਼ ਹੁੰਦਾ ਹੈ ਨਾ ਚਾਹੁਣ ਵਾਲਿਆਂ ਨੂੰ ਕਿ ਅਸੀਂ ਮਿਲਣਾ ਅਤੇ ਗੱਲਬਾਤ ਕਰਨੀ ਹੈ ਅਤੇ ਫੋਟੋ ਖਿਚਵਾਉਣੀ ਹੈ, ਕਦੇ ਏਦਾਂ ਹੋਇਆ ਕਿ ਤੁਹਾਨੂੰ ਨਾ ਪਛਾਣਿਆ ਹੋਵੇ? ਹਾਂ ਹੋਇਆ, ਹਾਂਜੀ ਦੋ ਦਿਨ ਬਾਅਦ ਹੋਇਆ। ਇੱਥੇ ਪਿੰਡ ਮਾਣੂ ਕੇ ਜਗਰਾਉਣ ਦੇ ਨੇੜੇ ਸਾਡਾ ਪਿਛਲਾ ਪਿੰਡ ਆ, ਅਸੀਂ ਦੀਵਾਲੀ ਤੋਂ ਅਗਲੇ ਦਿਨ ਉੱਥੇ ਮੱਥਾ ਟੇਕਣ ਜਾਂਦੇ ਹਾਂ, ਮਿੱਟੀ ਕੱਢਣ ਜਾਂਦੇ ਹਾਂ। ਉੱਥੇ ਇਕੱਠ ਪੱਠ ਐਨ ਅਮਲੀ ਸ਼ਰਾਬੀ ਪੋਸਤੀ ਇਕੱਠੇ ਹੋਏ ਹੁੰਦੇ, ਇਕੱਠ ਵੀ ਬਹੁਤ ਸ਼ਰਧਾਲੂਆਂ ਦਾ ਵੀ ਆ ਸਾਰੇ ਉੱਥੇ, ਸੰਧੂ ਗੋਧੇ ਜ਼ਿਆਦਾਤਰ ਉੱਥੇ। ਉਹ ਤਿੰਨ ਚਾਰ ਮੁੰਡੇ ਐਂ ਝੂਮਦੇ ਜੇ ਫਿਰਨ, ਪੱਗਾਂ ਢਿੱਲੀਆਂ ਜਿਹੀਆਂ ਹੋਈਆਂ ਦੀਦਾ ਸੀਗਾ ਉਹਨਾਂ 'ਤੇ, ਉਹ ਜਦੋਂ ਮੈਨੂੰ ਦੇਖ ਕੇ ਉਹ ਬੱਲੇ ਬੱਲੇ ਜੀ ਆਹ ਹਾ ਆਹ ਤਾਂ ਅੱਜ ਤਾਂ ਭਾਗਾਂ ਵਾਲਾ ਦੇਣਾ ਫਲਾਨਾ ਧਮਕਾ, ਅਤੇ ਮੇਰੇ ਨੇੜੇ ਆ ਗਏ ਨਾਲ ਲੱਭਦੇ ਫਿਰਨ ਵੀ ਫੋਟੋ ਵੀ ਖਿਚਾਉਣੀ ਆ, ਅਤੇ ਮੈਨੂੰ ਕਹਿੰਦੇ ਘੁਮਾਣ ਸਾਹਿਬ ਰਹਿੰਦੇ ਕਿੱਥੇ ਹੋ ਤੁਸੀਂ? ਉਹਨਾਂ ਨੇ ਮੈਨੂੰ ਜਰਨੈਲ ਘੁਮਾਣ ਸਮਝ ਲਿਆ, ਅਤੇ ਮੈਂ ਵੀ ਫਿਰ ਕਮਾਲ ਕਰਤੀ। ਅੱਛਾ, ਮੈਂ ਕਿਹਾ ਵੀ ਚੰਡੀਗੜ੍ਹ ਉੱਥੇ ਸੁਰਸੰਗਮ ਸਟੂਡੀਓ 'ਚ ਹੀ ਉਹਨਾਂ ਨੇ, ਉਹ ਕਹਿੰਦੇ ਜੀ ਤੁਹਾਨੂੰ ਮਿਲਣਾ ਹੋਵੇ, ਮੈਂ ਕਿਹਾ ਪਕੈਡਲੀ ਚੌਕ 'ਚ ਆ ਜਾਓ, ਰਿਕਸ਼ਲ ਨੂੰ ਕਿਹਾ ਵੀ ਸੁਰਸੰਗ ਸਾਹਮਣੇ ਸੁਰਸੰਗ ਹੁੰਦੇ ਸੀਗਾ, ਉੱਥੇ ਹੁੰਦਾ ਮੈਂ ਸਾਰਾ ਦਿਨ। ਘੁਮਾਣ ਸਾਹਿਬ ਹੁਣ ਤੁਸੀਂ ਹੁਣ ਕਿਹਨੂੰ ਰਿਲੀਜ਼ ਕਰ ਰਹੇ ਹੋ, ਕਿਹਨੂੰ ਪੇਸ਼ ਕਰ ਰਹੇ ਹੋ? ਮੈਂ ਕਿਹਾ ਵੀ ਅਗਲੇ ਮਹੀਨੇ ਕਰਮਜੀਤ ਅਨਮੋਲ ਦੀ ਆ ਰਹੀ ਆ, ਉਦੋਂ ਅਗਲੇ ਮਹੀਨੇ ਫਿਰ ਹਰਭਜਨ ਸ਼ੇਰੇ ਦੀ ਆਉਣੀ ਆ, ਹੋਰ ਕਹਿੰਦੇ ਮੈਂ ਕਿਹਾ ਫਿਰ ਇੱਕ ਪ੍ਰੀਤ ਹਰਪਾਲ ਦੀ ਵੀ ਮੈਂ ਕੱਢ ਰਿਹਾ, ਮੈਂ ਵੀ ਫਿਰ ਪੂਰਾ ਜਰਨੈਲ ਘੁਮਾਉਣੀ ਪੂਰਾ। ਕਹਿੰਦੇ ਜੀ ਮਿਲ ਲਉਂਗੇ ਜੇ ਉੱਥੇ ਆਈਏ, ਬਸ ਮੈਂ ਕਿਹਾ ਤੁਸੀਂ ਕਹਿਣਾ ਵੀ ਜਰਨੈਲ ਘੁਮਾਣ ਸੁਰਸੰਗਮ ਸਟੂਡੀਓ ਆ ਜਾਓ, ਮੈਂ ਉੱਥੇ ਹੀ ਹੋਊਂਗਾ। ਸੁਰਜੀਤ ਪਾਤਰ ਸਾਹਿਬ ਦਾ ਆਪਾਂ ਨਾਮ ਲਈਏ, ਉਹਨਾਂ ਦਾ ਜ਼ਿਕਰ ਵੀ ਆਪਣਾ ਚੱਲ ਰਿਹਾ ਸੀ ਜਦੋਂ ਆਪਾਂ ਬੈਠੇ ਗੱਲਾਂ ਬਾਤਾਂ ਕਰ ਰਹੇ ਸੀਗੇ, ਸੋ ਉਹਨਾਂ ਨਾਲ ਕੁਛ ਗੱਲਾਂ ਜਿਹੜੀਆਂ ਹੈਗੀਆਂ ਉਹ ਵੀ ਮੈਂ ਕਹਿੰਦਾ ਕਿ ਜ਼ਰੂਰ, ਕਿਉਂਕਿ ਉਹ ਵੀ ਵੱਡਾ ਨਾਮ ਹੈਗਾ ਹੈ ਨਾ, ਬਹੁਤ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ। ਦੇਖੋ ਜੀ ਅੱਜ ਦੀ ਤਰੀਕ 'ਚ ਜੇ ਕਹੀਏ ਪੰਜਾਬੀ ਪੋਇਟਰੀ ਵਿੱਚ, ਨੰਬਰ 1 ਸੁਰਜੀਤ ਪਾਤਰ, ਨੰਬਰ 2 ਸੁਰਜੀਤ ਪਾਤਰ, ਨੰਬਰ 3 ਸੁਰਜੀਤ ਪਾਤਰ, ਇਦੋਂ ਬਾਅਦ ਬਾਕੀ ਦੇ ਸ਼ੁਰੂ ਹੁੰਦੇ ਜੀ। ਅਤੇ ਸੁਰਜੀਤ ਪਾਤਰ ਨਾਲ ਇਸ ਜਿਹੜੀਆਂ ਨਿੱਘੀਆਂ ਯਾਦਾਂ, ਉਹਦੇ 'ਚੋਂ ਇੱਕ ਨਿੱਘੀ ਪਿਆਰੀ ਮੈਂ ਯਾਦ ਦੱਸਦਾ। ਮੇਰਾ ਇੱਕ ਮਿੱਤਰ ਹਰਿੰਦਰ ਬੀਸਲਾ, ਹੁਣ ਅਮਰੀਕਾ ਰਹਿੰਦਾ, ਇੱਥੇ ਉਹਦਾ ਪਿੰਡ ਤਲਵੰਡੀ ਸਿਲੇ ਬੰਗੇ, ਮੇਰਾ ਪਹਿਲਾਂ ਸਟੂਡੈਂਟ ਸੀ ਫਿਰ ਮੇਰਾ ਯਾਰ ਬਣ ਗਿਆ ਜੀ। ਉਹ ਆਏ ਗੱਲਾਂ ਗੱਲਾਂ, ਸਾਡੀ ਇੱਛਾ ਪ੍ਰਗਟ ਹੋਈ ਵੀ ਪਾਤਰ ਕਵੀ ਦਰਬਾਰਾਂ 'ਚ ਆਪਦੀ ਗੀਤ ਨੂੰ, ਗਜ਼ਲ ਨੂੰ ਗੁਣਗੁਣਾ ਵੀ ਸੋਹਣਾ ਲੈਂਦਾ, ਸੋਹਣਾ ਗਾ ਲੈਂਦਾ ਜਿਵੇਂ ਸ਼ਿਵ ਕੁਮਾਰ ਗਾ ਲੈਂਦਾ ਸੀ, ਵੀ ਪਾਤਰ ਦੀ ਕੈਸਟ ਕੱਢੀ ਜਾਵੇ ਪਾਤਰ ਦੀ ਆਵਾਜ਼ ਵਿੱਚ। ਅਤੇ ਲਓ ਜੀ ਇਹ ਪ੍ਰੋਜੈਕਟ ਅਸੀਂ ਸੋਚ ਲਿਆ, ਅਤੇ ਕੀ ਹੋਇਆ ਕਿ ਸੁਰਜੀਤ ਪਾਤਰ ਨਾਲ ਗੱਲ ਕੀਤੀ, ਉਹਨੂੰ ਵੀ ਖੁਸ਼ੀ ਹੋਈ, ਉਹਨੂੰ ਖੁਸ਼ੀ ਤਾਂ ਹੋਈ। ਇੱਧਰ ਅਤਲ ਸ਼ਰਮਾ ਹੁਣਾਂ ਨੂੰ ਅਸੀਂ ਤਿਆਰ ਕਰ ਲਿਆ, ਚਾਰ ਰਜਨੀਸ਼ ਉਹਨਾਂ ਨੂੰ, ਉਹ ਪਾਤਰ ਨੇ ਫਿਰ ਥੋੜ੍ਹੇ ਜਿਹੇ ਪਤਾ ਨਹੀਂ ਕਿਸ ਗੱਲ ਤੋਂ ਝਿਜਕੇ, ਪੈਰ ਜਿਹੜਾ ਵਿੱਚ ਝਿਜਕੇ, ਮੈਂ ਅਸੀਂ ਇੱਥੇ ਬੈਠੇ ਹਾਂ ਸਟੂਡੀਓ ਤਿਆਰੀ ਕਰਕੇ, ਅਤੇ ਬੀਸਲੇ ਦੀ ਡਿਊਟੀ ਆ ਪਾਤਰ ਨੂੰ ਲੈਣਾ। ਮੈਂ ਕਿਹਾ ਕਲਾਕਾਰ ਜੇ ਇੱਦਾਂ ਦੀ ਕਰਦੇ ਹੁੰਦੇ ਸਾਰੇ, ਇਹਦੇ 'ਚ ਹੁਣ ਉਹ ਕਿਤੇ ਕਲਾਕਾਰੀ ਵਾਲਾ ਅੰਸ਼ ਨਾ ਆ ਜਾਵੇ, ਅਤੇ ਇਹਨੂੰ ਪੜੋਸ ਕੇ ਜਾਂ ਖਿੱਚ ਖੁੱਚ ਕੇ ਇਹਨੂੰ ਤੂੰ ਕਾਰ 'ਚ ਬਿਠਾ ਕੇ ਚੱਕ ਲਿਆ, ਉਹਨੇ ਇੱਦਾਂ ਹੀ ਕੀਤਾ ਪਾਤਰ ਨੂੰ ਲਿਆਂਦਾ। ਉਹ ਉੱਥੇ ਆ ਕੇ ਪਤਾ ਲੱਗਿਆ ਫਿਰ ਪਾਤਰ ਦੀ ਝਿਜਕੀ ਜਦੋਂ ਸਟੂਡੀਓ 'ਚ, ਉਹਨੂੰ ਇਹ ਸੀ ਵੀ ਮੈਂ ਤਾਂ ਖੁੱਲ੍ਹਾ ਹੀ ਗਾਇਆ ਗਜ਼ਲਾਂ ਨੂੰ ਗੀਤਾਂ ਨੂੰ, ਵੀ ਕਿਤੇ ਮਸ਼ੀਨਾਂ ਜਿਹੜੀਆਂ ਹੁਣ ਹੁਣ ਆਉਣਾ ਸੁਰ ਦੇ ਵਿੱਚ ਅਤੇ ਤਾਲ ਦੇ ਵਿੱਚ ਰਿਦਮ 'ਚ, ਵੀ ਕਿਤੇ ਮੈਂ ਫੇਲ ਨਾ ਸਾਬਤ ਹੋ ਜਾਂ, ਕਿਉਂਕਿ ਮੈਨੂੰ ਤਾਂ ਉਹਦਾ ਫਿਕਰ ਆ, ਉਹਦਾ ਮਨੋਵਿਗਿਆਨਕ ਜਿਹੜਾ ਫਿਕਰ 'ਚ ਗੱਲ ਸਮਝ ਆ ਗਈ। ਉਹ ਕਹਿੰਦਾ ਕਹਿਣ ਲੱਗਿਆ ਵੀ ਚਲੋ ਜੇ ਤਾਂ ਆਪਾਂ ਸਫਲ ਹੋ ਗਏ, ਕਾਮਯਾਬ ਹੋ ਗਏ, ਫਿਰ ਤਾਂ ਖੁਸ਼ੀ 'ਚ ਮੈਂ ਚਾਰ ਕੁ ਗੀਤ ਗਜ਼ਲਾਂ ਲਿਖ ਲਊਂਗਾ, ਜੇ ਫੇਲ ਹੋ ਗਿਆ ਫਿਰ ਦੁੱਖ ਦੇ ਵਿੱਚ ਚਾਰ ਕੁ ਗੀਤ ਅਤੇ ਗਜ਼ਲਾਂ ਲਿਖ ਲਊਂਗਾ। ਅਸੀਂ ਕਿ ਠੀਕ ਆ, ਚਲੋ ਜੀ ਕੰਮ ਸ਼ੁਰੂ ਕੀਤਾ। ਉਹ ਵਧੀਆ ਪਲੈਨਿੰਗ ਸੀ ਸਾਡੀ, ਅਤਲ ਕਹਿੰਦਾ ਵੀ ਆਪਾਂ ਇਹਨੂੰ ਬੰਨਣਾ ਹੀ ਨਹੀਂ ਹੈ ਉਸ ਕੰਮ 'ਚ, ਇਹ ਖੁੱਲ੍ਹਾ ਗਾਲਵੇ ਜਿੱਦਾਂ ਗਾਉਣਾ ਗਾਲਵੇ, ਆਪਾਂ ਮਿਊਜ਼ਿਕ ਭਰਨਾ ਹੀ ਬਾਅਦ 'ਚ। ਅੱਛਾ, ਇਹਨੂੰ ਖੁੱਲ੍ਹਾ ਛੱਡਤਾ ਵੀ ਤੂੰ ਆਪਦੇ ਹਿਸਾਬ ਨਾਲ ਚੱਲਣਾ ਜਿੱਧਰ ਨੂੰ ਚੱਲਣਾ। ਅਤੇ ਉਹ ਦੋ ਤਿੰਨ ਗਜ਼ਲਾਂ ਕੀਤੀਆਂ, ਅਤੇ ਕਿਹਾ ਵੀ ਸੁਣਾਓ ਸੁਣਾਈਆਂ। ਉਹ ਵਿੱਚ ਗਰਮੀ 'ਚ ਬਹੁਤ ਸੀ ਮੂਡ ਬਣ ਗਿਆ, ਕਹਿੰਦੇ ਯਾਰ ਥੋੜ੍ਹੀ ਬਹੁਤ ਬੀਅਰ ਲਾ ਲਈਏ। ਉਹ ਦੋ ਬੀਅਰਾਂ ਜਿਹੀਆਂ ਮੰਗਾਈਆਂ ਗਈਆਂ, ਪਾਤਰ ਨੇ ਪੂਰੀ ਬੀਅਰ ਪੀ ਲਈ ਜਦੋਂ ਬੋਤਲ, ਅਤੇ ਦੂਜੀ ਖੋਲ੍ਹੀ ਅਤੇ ਇੱਕ ਫਿਰ ਕੀਤੀ। ਉਹ ਕਹਿੰਦਾ ਵੀ ਪਹਿਲੀ ਵੀ ਲਾਇਆ ਅਤੇ ਦੂਜੀ ਵੀ ਲਾਇਆ, ਅਤੇ ਜਦੋਂ ਦੂਜੀ ਲਾਈ ਅਤੇ ਉਹ ਕਹਿੰਦਾ ਵੀ ਆਹ ਜਿਹੜੀ ਬੀਅਰ ਪੀ ਕੇ ਕੀਤੀ ਆ, ਇਹਦੇ 'ਚ ਜਿਹੜਾ ਵੋਇਸ ਕੁਆਲਿਟੀ ਜ਼ਿਆਦਾ ਠੀਕ ਆ। ਅਤੇ ਅਜਿਹੇ ਫਿਰ ਇਉਂ ਕਰਦੇ ਹਾਂ ਵੀ ਜਿਹੜੀਆਂ ਦੋ ਪਹਿਲੀਆਂ ਚਾਹ ਨਾ ਪੀਤੀਆਂ ਉਹ ਵੀ ਦੁਬਾਰਾ ਕਰ ਲੈਂਦੇ ਹਾਂ। ਅੱਛਾ, ਬਸ ਫਿਰ ਪੂਰੀ ਉਹ ਜਿਹੜੀ ਕੈਸਟ ਹੋਈ ਬੀਅਰ ਪੀ ਕੇ ਕੀਤੀ ਗਈ, ਉਹਦਾ ਕੈਸਟ ਦਾ ਨਾਂ ਸੀ ਬਿਰਖ ਜੋ ਸਾਜ਼ ਹੈ। ਅੱਛਾ, ਉਹ ਰਿਲੀਜ਼ ਕਰਵਾਈ ਪਹਿਲਾਂ ਘੁਮਾਣ ਤੋਂ ਕਰਵਾਈ, ਬਾਅਦ ਵਿੱਚ ਜਦੋਂ ਘੁਮਾਣ ਦੀ ਕੰਪਨੀ ਵਿਕ ਗਈ ਫਿਰ ਉਹ ਟੀ ਸੀਰੀਜ਼ ਕੋਲ ਚਲੀ ਗਈ। ਉਹਦੇ ਵਿੱਚ ਇੱਕ ਹੋਰ ਕਈ ਪਹਿਲੂ ਜਿਹੜੇ ਇੰਟਰਸਟਿੰਗ ਹੋਏ, ਇੱਕ ਹੋਰ ਹੋਇਆ
ਬਿਰਖ ਜੋ ਸਾਜ਼ ਹੈ ਕੈਸਟ ਅਤੇ ਇਹਦੀ ਪਾਤਰ ਨੂੰ ਵੀ ਅਸੀਂ 100-150 ਕੈਸਟਾਂ ਦੇਤੀਆਂ। ਲੁਧਿਆਣੇ 'ਚ ਬਹੁਤ ਵੱਡੀ ਦੁਕਾਨ ਆ ਕਿਤਾਬਾਂ ਦੀ, ਲਾਹੌਰ ਬੁੱਕ ਸ਼ਾਪ, ਲੱਕੜੀ ਪੁਲ ਦੇ ਨੇੜੇ ਹੁੰਦੀ ਸੀ। ਪਾਤਰ ਨੇ ਕੈਸਟਾਂ ਲਾਹੌਰ ਬੁੱਕ ਸ਼ਾਪ ਵਾਲਿਆਂ ਨੂੰ ਦੇਤੀਆਂ, ਜਿਹਨੇ ਸ਼ਿਵ ਕੁਮਾਰ ਦੀਆਂ ਕਿਤਾਬਾਂ ਸੰਤ ਸਿੰਘ ਸੇਖੋਂ ਦੀਆਂ ਛਾਪੀਆਂ, ਉਹਨੂੰ ਤਾਂ ਪੰਜਾਬੀ ਸਾਹਿਤ ਦਾ ਆੜ੍ਹਤੀਆ ਕਹਿੰਦੇ ਹੁੰਦੇ ਸੀ। ਉੱਥੇ ਜਿਹੜਾ ਕਮਾਲ ਦਾ ਕੰਮ ਹੋਇਆ ਵੀ ਉਹਨਾਂ ਨੇ ਆਪਦੇ ਕਾਊਂਟਰ ਦੇ ਉੱਤੇ ਲਾਹੌਰ ਬੁੱਕ ਸ਼ਾਪ ਵਾਲਿਆਂ ਨੇ ਪਾਤਰ ਦੀ ਵਿਰਖ ਜੋ ਸਾਜ਼ ਹੈ ਕੈਸਟਾਂ ਰੱਖਤੀਆਂ। ਹੁਣ ਜਿਹੜਾ ਪਾਤਰ ਦਾ ਗਾਹਕ ਆਉਂਦਾ ਸੀ, ਪਾਤਰ ਦੀ ਕਿਤਾਬ ਵਿਕਦੀ ਸੀ, ਉਹਨਾਂ ਨੇ ਪਾਤਰ ਦੀ ਕਿਤਾਬ ਛਾਪੀ ਹੋਈ ਸੀ। ਪਾਤਰ ਦੀ ਕਿਤਾਬ ਦੀ ਕੀਮਤ ਸੀ 40 ਰੁਪਈਏ, ਪਾਤਰ ਦੀ ਕੈਸਟ ਦੀ ਕੀਮਤ ਸੀ 20 ਰੁਪਈਏ, 20 ਰੁਪਈਏ ਦੀ ਕੈਸਟ। ਜਿਹੜੀਆਂ 7-8-10 ਚੋਣਵੀਆਂ ਗਜ਼ਲਾਂ ਦੀ ਖਾਤਰ ਉਹਦੀ ਕਿਤਾਬ ਵਿਕਦੀ ਸੀ, ਉਹੀ ਤਾਂ ਅਸੀਂ ਗੁਆ ਕੇ ਕੈਸਟ 'ਚ ਪਾ ਦਈਆਂ। ਅਤੇ ਉਹਦੇ 'ਚ ਕਮਾਲ ਦੀ ਗੱਲ ਇਹ ਹੋਈ, ਉਹ ਪਬਲਿਸ਼ਰ ਨੇ ਵੀ ਦੱਸਿਆ ਉੱਥੇ, ਫਿਰ ਪਾਤਰ ਉਹਨਾਂ ਨੇ ਵੀ ਦੱਸਿਆ ਵੀ ਉਹ ਜਦੋਂ ਦੀਆਂ ਕੈਸਟਾਂ ਧਰੀਆਂ, ਕਿਤਾਬ ਵਿਕਣੋਂ ਹਟ ਗਈ, ਕੈਸਟ ਵਿਕਣ ਲੱਗ ਗਈ। ਉਹ ਕਹਿੰਦੇ ਉਹ ਤਾਂ 40 ਰੁਪਈਏ ਕਹਿਣ ਲਾਉਣੇ ਆ, 20 ਰੁਪਈਏ 'ਚ ਮਿਲਦੀ, ਨਾਲੇ ਗਾਈਆਂ ਹੋਈਆਂ, ਨਾਲੇ ਗਾਈਆਂ ਹੋਈਆਂ। ਮਤਲਬ ਅੱਛਾ, ਉਹ ਗਾਂ ਹੈਰਾਨੀ ਦੀ ਗੱਲ ਇਹ ਆ ਵੀ ਸੁਰਜੀਤ ਪਾਤਰ ਨੂੰ ਹੋਰ ਕਈਆਂ ਨੇ ਉਦੋਂ ਬਾਅਦ ਯਤਨ ਕੀਤਾ, ਕਨੇਡਾ ਅਮਰੀਕਾ 'ਚ ਮੈਨੂੰ ਪਤਾ ਲੱਗਿਆ ਗਿਆ, ਅਤੇ ਉਹਦੀਆਂ ਰਿਕਾਰਡਿੰਗਾਂ ਵੀ ਕੀਤੀਆਂ। ਉਹ ਇੱਕ ਵਾਰ ਤਾਂ ਪਾਤਰ ਆ ਵੀ ਦੱਸਦਾ, ਕਹਿੰਦਾ ਉਹ ਕਰਦਿਆਂ ਕਰਾਉਂਦੇ ਇੰਨੇ ਲੇਟ ਹੋ ਗਏ, ਜਦ ਨੂੰ ਕੈਸਟ 'ਤੇ ਸੀਡੀਆਂ ਬਣਨੀਆਂ ਬੰਦ ਹੋ ਗਈਆਂ, ਉਹ ਰਿਕਾਰਡਿੰਗ ਰਹਿ ਗਈ, ਕੈਸਟ ਆਈ ਨਹੀਂ। ਮਤਲਬ ਸੁਰਜੀਤ ਪਾਤਰ ਦੀ ਇੱਕੋ ਇੱਕ ਕੈਸਟ ਰਹਿ ਗਈ ਜਿਹੜੀ ਸਾਡੀ ਪੇਸ਼ਕਾਰੀ 'ਚ ਆਈ ਸੀ। ਕੀ ਬਾਤ ਹੈ ਜੀ, ਇਸ ਗੱਲ ਬਾਰੇ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਹੈ ਨਾ ਉਹਨਾਂ ਦੀ ਵੀ ਕੋਈ ਐਲਬਮ ਆਈ ਹੈਗੀ ਆ, ਅੱਜ ਨਵੀਂ ਗੱਲ ਪਤਾ ਲੱਗੀ, ਇਹ ਖੁਲਾਸਾ ਹੋ ਗਿਆ ਬੇਸਿਕਲੀ, ਬੜਾ ਚੰਗਾ ਲੱਗਿਆ। ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਹੋਰ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਕਰਨ ਵਾਲੀਆਂ ਨੇ, ਪਰ ਮੈਨੂੰ ਲੱਗਦਾ ਕਿ ਜਿਹੜਾ ਟਾਈਮ ਵੀ ਹੈਗਾ ਹੈ ਨਾ ਪੋਡਕਾਸਟ ਵਾਲਾ, ਜਿਹੜਾ ਹੈਗਾ ਸਮਾਂ ਵੀ ਆਪਾਂ ਨੂੰ ਦੇਖਣਾ ਪੈਣਾ। ਸੋ ਅੱਜ ਦਾ ਜਿਹੜਾ ਇਹ ਐਪੀਸੋਡ ਹੈਗਾ ਆਪਾਂ, ਉਹ ਆਪਾਂ ਇੱਥੇ ਖਤਮ ਕਰਦੇ ਹਾਂ, ਕਿਉਂਕਿ ਜਿੰਨੇ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਉਹ ਸਾਰੀਆਂ ਲੈਜੈਂਡਸ ਦੀਆਂ ਹੋਈਆਂ ਅਤੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋਈਆਂ। ਸੋ ਆਪਾਂ ਲਈ ਅੱਗੇ ਜੀ, ਬਿਲਕੁਲ ਜੀ ਜੀ। ਸੋ ਕਿਵੇਂ ਦੀ ਲੱਗੀ ਇਹ ਵੀਡੀਓ? ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਪੋਡਕਾਸਟ ਦਾ ਇਹ ਐਪੀਸੋਡ ਇਹ ਵੀ ਕਿਵੇਂ ਦਾ ਲੱਗਿਆ, ਅਤੇ ਇਹਦੇ ਵਿੱਚ ਕੀ ਅਸੀਂ ਨਵਾਂ ਕੁਝ ਹੋਰ ਲੈ ਕੇ ਆਈਏ, ਉਹ ਵੀ ਆਪਣਾ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦਿਓ। ਅਤੇ ਚੈਨਲ ਸਤਰੰਗ ਨੂੰ ਜਿਹਨਾਂ ਨੇ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ। ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ। ਦਿਵਾ ਗਿਆ, ਧੰਨਵਾਦ।